ਸਤਿ ਸ਼੍ਰੀ ਅਕਾਲ ਜੀ ਮੈਂ ਗੁਰਲੀਨ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਐਂਟਰਟੇਨਮੈਂਟ ਅਪਡੇਟਸ ਵਿਕੀ ਕੌਸ਼ਲ ਦੀ ਫਿਲਮ ਤੋਂ ਬਾਹਰ ਹੋਈ ਸਾਰਾ ਅਲੀ ਖਾਨ ਇਸ ਸਾਊਥ ਅਦਾਕਾਰਾ ਨੇ ਮਾਰੀ ਬਾਜ਼ੀ ਅਦਾਕਾਰਾ ਸਾਰਾ ਅਲੀ ਖਾਨ ਤੇ ਵਿਕੀ ਕੌਸ਼ਲ ਦੀ ਫਿਲਮ ਦ ਅਮਰ ਅਸ਼ਵਥਾਮਾ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ ਹਾਲਾਂਕਿ ਕੁਝ ਸਮੇਂ ਤੋਂ ਇਸ ਫਿਲਮ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਸੀ ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਫਿਲਮ ਫਲੋਰ ਤੇ ਵਾਪਸ ਆਉਣ ਲਈ ਤਿਆਰ ਹੈ ਪਰ ਇਸ ਵਾਰ ਇਸ ਫਿਲਮ 'ਚ ਕਈ ਬਦਲਾਵ ਕੀਤੇ ਗਏ ਹਨ ਸਾਰਾ ਅਲੀ ਖਾਨ ਹੁਣ ਵਿਕੀ ਕੌਸ਼ਲ ਨਾਲ ਇਸ ਫਿਲਮ ਵਿੱਚ ਨਜ਼ਰ ਨਹੀਂ ਆਵੇਗੀ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਫਿਲਮ ਦੀ ਲੀਡ ਅਦਾਕਾਰਾ ਸਾਰਾ ਅਲੀ ਖਾਨ ਦੀ ਜਗ੍ਹਾ ਲੈਣ ਦਾ ਫੈਸਲਾ ਲਿਆ ਗਿਆ ਹੈ ਮੇਕਰਸ ਦੀ ਮੰਨੀਏ ਤਾਂ ਫਿਲਮ 'ਚ ਵਿਕੀ ਦੇ ਨਾਲ ਇੱਕ ਅਜਿਹੀ ਅਭਿਨੇਤਰੀ ਨੂੰ ਕਾਸਟ ਕੀਤਾ ਜਾਣਾ ਸੀ ਜੋ ਉਸ ਤੋਂ ਵੱਡੀ ਲੱਗਦੀ ਸੀ ਤੇ ਮੇਕਰਸ ਨੂੰ ਸਾਰਾ 'ਚ ਉਹ ਚੀਜ਼ ਨਜ਼ਰ ਨਹੀਂ ਆ ਰਹੀ ਸੀ ਅਜਿਹੇ 'ਚ ਸਾਰਾ ਅਲੀ ਖਾਨ ਇਸ ਫਿਲਮ ਤੋਂ ਬਾਹਰ ਹੋ ਗਈ ਹੈ ਹਾਲਾਂਕਿ ਪਹਿਲਾਂ ਫਿਲਮ 'ਚ ਨੌਜਵਾਨ ਔਰਤ ਦਾ ਕਿਰਦਾਰ ਕੀਤਾ ਜਾਣਾ ਸੀ ਇਸ ਲਈ ਸਾਰਾ ਨੂੰ ਸਾਈਨ ਕੀਤਾ ਗਿਆ ਸੀ ਖਬਰਾਂ ਦੀ ਮੰਨੀਏ ਤਾਂ ਮੇਕਰਸ ਨੇ ਸਾਰਾ ਨੂੰ ਹਟਾ ਕੇ ਸਾਊਥ ਦੀ ਕਰੀਨਾ ਯਾਨੀ ਅਭਿਨੇਤਰੀ ਸਮੰਥਾ ਰੂਥ ਪ੍ਰਭੂ ਦੇ ਨਾਂ ਤੇ ਮੋਹਰ ਲਗਾ ਦਿੱਤੀ ਹੈ ਹਾਲਾਂਕਿ ਮੇਕਰਸ ਨੇ ਇਸ ਮਾਮਲੇ ਤੇ ਕੋਈ ਪੁਸ਼ਟੀ ਨਹੀਂ ਕੀਤੀ ਤੁਹਾਨੂੰ ਦੱਸ ਦਈਏ ਕਿ ਅਦਿੱਤਿਆ ਧਰ ਇਸ ਫਿਲਮ ਨੂੰ ਡਾਇਰੈਕਟ ਕਰਨ ਜਾ ਰਹੇ ਹਨ ਫਿਲਮ ਦੀ ਪ੍ਰੀ ਪ੍ਰੋਡਕਸ਼ਨ ਵੀ ਸ਼ੁਰੂ ਹੋ ਗਈ ਹੈ ਇਸ ਫਿਲਮ ਦੀ ਕਹਾਣੀ ਮਹਾਭਾਰਤ ਦੇ ਕਿਰਦਾਰ ਅਸ਼ਵਥਾਮਾ ਤੇ ਆਧਾਰਿਤ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਦ ਫੈਮਿਲੀ ਮੈਨ 2 'ਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਸਮੰਥਾ ਰੂਥ ਪ੍ਰਭੂ ਕੋਲ ਇਨ੍ਹੀਂ ਦਿਨੀਂ ਬਾਲੀਵੁੱਡ ਦੇ ਕਈ ਪ੍ਰੋਜੈਕਟਸ ਹਨ ਹਾਲ ਹੀ 'ਚ ਖਬਰ ਆਈ ਸੀ ਕਿ ਉਹ ਜਲਦ ਹੀ ਅਕਸ਼ੇ ਕੁਮਾਰ ਨਾਲ ਨਜ਼ਰ ਆਉਣ ਵਾਲੀ ਹੈ ਇਸ ਦੇ ਨਾਲ ਹੀ ਆਯੁਸ਼ਮਾਨ ਖੁਰਾਨਾ ਨਾਲ ਸਕਰੀਨ ਵੀ ਸ਼ੇਅਰ ਕਰਨਗੇ ਪ੍ਰਿਯੰਕਾ ਚੋਪੜਾ ਨੇ ਧੀ ਮਾਲਤੀ ਮੈਰੀ ਨਾਲ ਮਨਾਈ ਪਹਿਲੀ ਦੀਵਾਲੀ ਪਰੰਪਰਾਗਤ ਅਵਤਾਰ 'ਚ ਨਜ਼ਰ ਆਇਆ ਜੋਨਸ ਪਰਿਵਾਰ ਪ੍ਰਿਯੰਕਾ ਚੋਪੜਾ ਨੂੰ ਸਿਰਫ ਦੇਸੀ ਗਰਲ ਹੀ ਨਹੀਂ ਕਿਹਾ ਜਾਂਦਾ ਵਿਦੇਸ਼ ਵਿੱਚ ਰਹਿੰਦਿਆਂ ਵੀ ਉਹ ਕੋਈ ਤਿਉਹਾਰ ਮਨਾਉਣ ਨਹੀਂ ਭੁੱਲਦੀ ਅਦਾਕਾਰਾ ਨੇ ਆਪਣੇ ਪਤੀ ਨਿਕ ਜੋਨਸ ਨੂੰ ਵੀ ਦੇਸੀ ਰੰਗ ਵਿੱਚ ਰੰਗਿਆ ਹੈ ਨਿਕ ਪਤਨੀ ਦੇ ਨਾਲ ਸਾਰੇ ਭਾਰਤੀ ਤਿਉਹਾਰਾਂ ਦਾ ਆਨੰਦ ਲੈਂਦੇ ਹਨ ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਪ੍ਰਿਯੰਕਾ ਨੇ ਧੀ ਤੇ ਪਤੀ ਨਿਕ ਨਾਲ ਅਮਰੀਕਾ 'ਚ ਦੀਵਾਲੀ ਮਨਾਈ ਪ੍ਰਸ਼ੰਸਕਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪ੍ਰਿਯੰਕਾ ਚੋਪੜਾ ਦੀ ਦੀਵਾਲੀ ਸੈਲੀਬ੍ਰੇਸ਼ਨ ਦੀ ਤਸਵੀਰ ਸਾਹਮਣੇ ਆਈ ਹੈ ਪ੍ਰਿਯੰਕਾ ਨੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਤਿਉਹਾਰ ਮਨਾਇਆ ਅਤੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਾਲਾਂਕਿ ਇਹਨਾਂ ਤਸਵੀਰਾਂ 'ਚ ਮਾਲਤੀ ਦਾ ਚਿਹਰਾ ਲੁਕਿਆ ਹੋਇਆ ਨਜ਼ਰ ਆਇਆ ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ 'ਤੇ ਜਸ਼ਨ ਦੀ ਤਸਵੀਰ ਪੋਸਟ ਕੀਤੀ ਹੈ ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ ਵਿੱਚ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਈ ਇਸ ਦੌਰਾਨ ਸਾਰੇ ਸਿਲਵਰ ਵਾਈਟ ਕਲਰ ਦੇ ਰਵਾਇਤੀ ਕੱਪੜਿਆਂ 'ਚ ਨਜ਼ਰ ਆਏ ਜਿੱਥੇ ਪ੍ਰਿਯੰਕਾ ਲਹਿੰਗਾ ਚੋਲੀ ਪਾਈ ਨਜ਼ਰ ਆ ਰਹੀ ਹੈ ਉੱਥੇ ਹੀ ਨਿਕ ਵੀ ਦੇਸੀ ਕੁੜਤਾ ਪਜਾਮੇ ਵਿੱਚ ਕਾਫੀ ਡੈਸ਼ਿੰਗ ਲੱਗ ਰਹੇ ਹਨ ਇਸ ਦੇ ਨਾਲ ਹੀ ਬੇਟੀ ਮਾਲਤੀ ਵੀ ਲਹਿੰਗਾ ਚੋਲੀ 'ਚ ਨਜ਼ਰ ਆ ਰਹੀ ਹੈ ਇੱਕ ਫੋਟੋ ਵਿੱਚ ਜੋੜਾ ਆਪਣੀ ਬੇਟੀ ਨਾਲ ਪੋਜ਼ ਦੇ ਰਿਹਾ ਹੈ ਅਤੇ ਦੂਜੇ ਵਿੱਚ ਤਿੰਨੋਂ ਪੂਜਾ ਕਰਦੇ ਨਜ਼ਰ ਆ ਰਹੇ ਹਨ ਪ੍ਰਿਯੰਕਾ ਚੋਪੜਾ ਦੇ ਵਰਕ ਫ੍ਰੈਂਡ ਦੀ ਗੱਲ ਕਰੀਏ ਤਾਂ ਪਿਛਲੀ ਬਾਲੀਵੁੱਡ ਫਿਲਮ ਦ ਵਾਈਟ ਟਾਈਗਰ ਸੀ ਇਸ ਦੇ ਨਾਲ ਹੀ ਉਹ ਹਾਲੀਵੁੱਡ ਫਿਲਮ ਦ ਮੈਟ੍ਰਿਕਸ ਰਿਜ਼ਰੈਕਸ਼ਨ 'ਚ ਨਜ਼ਰ ਆਈ ਸੀ ਇਸ ਦੇ ਨਾਲ ਹੀ ਉਹ ਜਲਦ ਹੀ ਅਭਿਨੇਤਾ ਐਂਥਨੀ ਮੈਕੀ ਨਾਲ ਹਾਲੀਵੁੱਡ ਫਿਲਮ ਸਿਟਾਡੇਲ ਅਤੇ ਐਕਸ਼ਨ ਫਿਲਮ ਐਂਡਿੰਗ ਥਿੰਗਸ 'ਚ ਨਜ਼ਰ ਆਵੇਗੀ ਇਸ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਆਲਿਆ ਭੱਟ ਨਾਲ ਫਿਲਮ ਜੀਲੇ ਜ਼ਰਾ 'ਚ ਨਜ਼ਰ ਆਉਣ ਵਾਲੀ ਹੈ ਪ੍ਰਿਯੰਕਾ ਚੋਪੜਾ ਭੈਣਾਂ ਨੇ ਦਿੱਤਾ ਸਲਮਾਨ ਤੇ ਅਕਸ਼ੇ ਸਮੇਤ ਇਹਨਾਂ ਸਿਤਾਰਿਆਂ ਦਾ ਸਾਥ ਭਰਾ ਲਈ ਬਣੀਆਂ ਨਿਰਮਾਤਾ ਬਾਲੀਵੁੱਡ ਵਿੱਚ ਕਈ ਭੈਣ ਭਰਾ ਦੀਆਂ ਜੋੜੀਆਂ ਹਨ ਜੋ ਬਹੁਤ ਮਸ਼ਹੂਰ ਵੀ ਹਨ ਕਈ ਵਾਰ ਇੱਕ ਸਟਾਰ ਹੁੰਦਾ ਹੈ ਅਤੇ ਦੂਜਾ ਭੈਣ ਭਰਾ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ
पर बॉलीवुड विच कुछ भैन भरा अजिहे भी हैं जो फिल्मों विच कम नहीं करते सगों अपने भैन भरा की फिल्म बनाते हैं यानी कैमरे के पिछे रह के भी उन्हों का समर्थन करते हैं उन्होंने सपोर्ट करते हैं। आओ जानते हाँ बी टाउन के कुछ अजिहे जोड़िया बारे। सलमान खान बॉलीवुड के सब तो मशहूर सितारों में एक है। उसकी भैन अलवीरा खान अग्निहोत्री तो हर कोई जानता है पर उसकी प्रोफेशनल लाइफ बारे बहुत घट लोग जानते हैं। अलवीरा खान अग्निहोत्री एक मशहूर फैशन डिजाइनर और फिल्म निर्माता है। वो घर के नाल नाल फिल्मी दुनिया च भरा सलमान नू पूरा सहयोग दिंदी है। अलवीरा सलमान की फिल्म बॉडीगार्ड की सह निर्माता रही है और सुल्तान एक था टाइगर प्रेम रतन धन पायो और ट्यूबलाइट वर्गियां कई फिल्मों में अभिनेता लई ड्रेस डिजाइन भी कर चुकी हैं। अलवीरा नू फिल्म सुल्तान लई स्टारडस्ट बेस्ट कॉस्ट्यूम डिजाइनर का अवार्ड भी मिले। हालांकि अक्षय कुमार की भैन अलका भाटिया कैमरे तो दूर रहती है पर हाल ही से उन्होंने अक्षय कुमार की फिल्म रक्षाबंधन का निर्माण किया जिसते अक्षय ने भी खुशी जाहिर की। अनुष्का शर्मा ते करनेश शर्मा साल 2008 से शाहरुख खान नाल फिल्म रब ने बना दी जोड़ी नाल बॉलीवुड च डेब्यू करने वाली अनुष्का शर्मा भी इस लिस्ट च शामिल है। उसका भरा करनेश शर्मा फिल्म मेकिंग नाल जुड़िया होया है अते दोवें प्रोडक्शन हाउस क्लीन स्लेट फिल्म्स दे मालक हैं। करनेश ने अनुष्का दियां फिल्मां आयनस्टाइन अते फ्लोरी दा निर्माण किया सी। जोया अख्तर ते फरहान अख्तर जोया अख्तर अते फरहान अख्तर बॉलीवुड दे मशहूर स्टार किड्स हैं। जोया ने फरहान अख्तर नाल अपनी पहली फिल्म लक बाय चांस तो काम करना शुरू किया। इस तो बाद जोया ने फरहान नाल जिंदगी ना मिलेगी दोबारा अते दिल धड़कने दो वर्गियां हिट फिल्मां भी कीतियां। सो इहो जे दिलचस्प एंटरटेनमेंट अपडेट्स लई जुड़े रहो साडे चैनल दे नाल देखते रहो पंजाब टुडे। सत श्री अकाल।